ਸਹੀ ਮੈਨੇ ਤਾਂ ਲੱਗੇ ਹੀ ਗਲਤ ਸੀ ਲੱਗਣੇ ਨਹੀਂ ਸੀ ਚਾਹੀਦੇ ਕਿਉਂ ਸਿੱਖ ਸੱਬਿਆ ਨਾਲ ਸਿੱਖ ਧਰਮ ਨਾਲ ਨੱਚਣ ਗਾਣ ਵਾਲੇ ਦੇ ਬੁੱਤ ਕਿਸੇ ਤਰ੍ਹਾਂ ਵੀ ਕੋਈ ਸਬੰਧਤ ਨਹੀਂ ਹੈ ਖੰਡਾ ਸੱਬਿਆ ਜਰ ਨੱਚਣਾ ਗਾਣਾ ਇਹ ਨਹੀਂ ਹੈਗਾ ਉਹਨਾਂ ਦੀ ਜਗ੍ਹਾ ਤੇ ਸਾਡੇ ਬੁੱਤ ਸਾਡੇ ਸ਼ੀਦਾ ਸਿੰਘਾਂ ਦੇ ਭਾਈ ਮਨੀ ਸਿੰਘ ਦਾ ਲਾਓ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਖੋਪੜ ਲਹਾਏ ਐਸਜੀਪੀਸੀ ਦੇ ਜਥੇਦਾਰ ਹੈ ਤੇ ਆ ਆਕਾਲੀ ਦਲ ਦਾ ਪਿੱਠੂ ਨਿਕਲ ਨੂੰ ਉੱਥੇ ਰੂਸਾ ਦਾ ਬੁੱਤ ਲਵਾ ਦੇਵੇ ਕਹੇਗਾ ਜੀ ਇਹ ਸਰਕਾਰੀ ਪ੍ਰਾਪਰਟੀ ਹੈ ਅਸੀਂ ਤਾਂ ਹੈਰੀਟੇਜ ਗਲੀ ਵਿੱਚ ਲਾਇਆ ਅਸੀਂ ਲੱਗਾ ਰਹਿਣ ਦੇਾਂਗੇ ਇਹਨਾਂ ਨੂੰ ਸੁਖਵੀਰ ਬਾਦਲ ਤੇ ਵੱਡਾ ਬਾਦਲ ਇਹ ਕਵੇ ਵੀ ਗੁਰੂ ਗ੍ਰੰਥ ਸਾਹਿਬ ਹੀ ਸਾਡੇ ਨਾਂ ਕਰਦੇ ਹੋ ਤੇ ਉਹ ਵੀ ਕਰਵਾ ਦੇਣਗੇ ਇਹ ਇਹਨਾਂ ਦਾ ਇਹੋ ਜਿਹਾ ਹਾਲਾਤ ਹੋ ਗਿਆ ਅੰਮ੍ਰਿਤਸਰ ਦੀ ਦਰਬਾਰ ਸਾਹਿਬ ਦੇ ਹੈਰੀਟੇਜ ਸਟਰੀਟ ਜੋ ਦਰਬਾਰ ਸਾਹਿਬ ਵੱਲ ਜਾਂਦੀ ਹੈ ਉਸ ਤੇ ਲੱਗੇ ਬੁੱਤਾਂ ਦਾ ਵਿਵਾਦ ਜਿਹੜਾ ਉਹ ਦਿਨੋ ਦਿਨ ਪੱਖ ਦਾ ਜਾ ਰਿਹਾ ਹੈ ਕੱਲ ਜਿਹੜਾ ਇੱਕ ਕੌਮ ਦੇ ਰਾਖੇ ਜਥੇਬੰਦੀ ਵੱਲੋਂ ਉਹ ਜਿਹੜਾ ਬੁੱਤਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਤੋੜਿਆ ਗਿਆ ਉਸ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਿੱਖ ਬੁੱਧੀ ਜੀ ਵੀ ਮੌਜੂਦ ਨੇ ਜਰਨੈਲ ਸਿੰਘ ਜੀ ਯੂਨਾਈਟਿਡ ਸਿੱਖ ਪਾਰਟੀ ਨਾਲ ਸੰਬੰਧ ਰੱਖਦੇ ਨੇ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਬੁੱਤਾਂ ਨੂੰ ਤੋੜਨਾ ਕਿੱਥੋਂ ਤੱਕ ਸਹੀ ਹੈ ਉਹ ਟੁੱਟਣੇ ਚਾਹੀਦੇ ਸੀ ਕਿ ਨਹੀਂ ਚਾਹੀਦੇ ਸੀ ਸਸਿਕਾ ਬੋਬੋ ਸਵਾਗਤ ਹੈ ਤੁਹਾਡਾ ਇੱਥੇ ਪਬਲਿਕ ਟਾਈਮਸ ਤੇ ਧੰਨਵਾਦ ਜੀ ਸਰ ਇਹ ਜਿਹੜਾ ਉਹ ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ਤੇ ਬੁੱਤਾਂ ਨੂੰ ਤੋੜਿਆ ਗਿਆ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਉਹਨੂੰ ਦੇਖੋ ਜਿਹੜੇ ਬੋਤਲ ਲੱਗੇ ਸੀ ਸਹੀ ਮੈਨੇ ਤਾਂ ਲੱਗੇ ਹੀ ਗਲਤ ਸੀ ਲੱਗਣੇ ਨਹੀਂ ਸੀ ਚਾਹੀਦੇ ਔਰ ਜਿਹੜਾ ਉੱਥੇ ਸਟ੍ਰੀਟ ਦਾ ਨਾਮ ਰੱਖ ਦਿੱਤਾ ਜਿਹੜੀ ਸਿਰਫ ਦਰਬਾਰ ਸਾਹਿਬ ਨੂੰ ਜਾਂਦੀ ਤੇ ਦਰਬਾਰ ਸਾਹਿਬ ਜਾ ਕੇ ਸਮਾਪਤ ਹੋ ਜਾਂਦੀ ਪਹਿਲੀ ਗੱਲ ਤੇ ਉਹ ਸਟ੍ਰੀਟ ਦਾ ਵੀ ਨਾਮ ਹੀ ਰੱਖਣਾ ਗਲਤ ਸੀ ਫਿਰ ਉੱਥੇ ਇਹੋ ਜਿਹੇ ਬੋਤਲ ਲਾਣੇ ਜਿਹੜੇ ਨੇ ਉਹ ਗਲਤ ਸੀ ਜਦੋਂ ਇਹ ਅਕਾਲੀ ਸਰਕਾਰ ਨੇ ਬੋਤਲ ਲਾਏ ਨੇ ਔਰ ਉਸ ਟਾਈਮ ਐਸਜੀਪੀਸੀ ਨੂੰ ਸ਼੍ਰੀ ਅਕਾਲ ਤਖ਼ਤਾ ਸਾਹਿਬ ਜਥੇਦਾਰ ਨੂੰ ਇਤਰਾਜ਼ ਕਰਨਾ ਚਾਹੀਦਾ ਸੀ ਉਸ ਟਾਈਮ ਦਾ ਹੀ ਇਹ ਵਿਵਾਦ ਆ ਕਿਉਂਕਿ ਜਦੋਂ ਇਹ ਲੱਗੇ ਸੀ ਉਦੋਂ ਹੀ ਇਹ ਤੇ ਜਿਹੜਾ ਕਿੰਤੂ ਪ੍ਰੰਤੂ ਹੋਣਾ ਸ਼ੁਰੂ ਹੋ ਗਿਆ ਸੀ ਤੇ ਸਰਕਾਰ ਨੂੰ ਚਾਹੀਦਾ ਸੀ ਵੀ ਇਹੋ ਜਿਹਾ ਮਾਹੌਲ ਪੈਦਾ ਹੀ ਨਾ ਹੁੰਦਾ ਅੱਜ ਸਿੱਖ ਨੌਜਵਾਨ ਜਿਹੜਾ ਉਹਨਾਂ ਨੇ ਆਪ ਜਾ ਕੇ ਇਹੋ ਜਿਹੀ ਕਾਰਵਾਈ ਕੀਤੀ ਇਹਦੀ ਨੌਬਤ ਹੀ ਨਾ ਆਉਂਦੀ ਉਹ ਆਪ ਲੋਗ ਉਥੋਂ ਹਟਾਉਂਦੇ ਕਿਉਂਕਿ ਉਹ ਸਿੱਖ ਸੱਭਿਆ ਨਾਲ ਸਿੱਖ ਧਰਮ ਨਾਲ ਨੱਚਣ ਗਾਉਣ ਵਾਲੇ ਦੇ ਬੁੱਤ ਕਿਸੇ ਤਰ੍ਹਾਂ ਵੀ ਕੋਈ ਸਬੰਧਤ ਨਹੀਂ ਹੈਗੇ ਸਰਪਰ ਜਿਹੜੇ ਉਹ ਬੁੱਤ ਲੱਗੇ ਹੋਏ ਨੇ ਭੰਗੜੇ ਗਿੱੱਦੇ ਦੇ ਉਹ ਗੁਰਦੁਆਰੇ ਤੋਂ ਕਿਲੋਮੀਟਰ ਅੱਗੇ ਜਾ ਕੇ ਜਿੱਥੇ ਪਹਿਲਾਂ ਹੈਰੀਟੇਜ ਸਟਰੀਟ ਬਣਨ ਤੋਂ ਪਹਿਲਾਂ ਮਾਰਕੀਟ ਹੁੰਦੀ ਸੀਗੀ ਲੋਕ ਖਰੀਦਦਾਰੀ ਕਰਦੇ ਸੀਗੇ ਇਹ ਉਸ ਜਗ੍ਹਾ ਤੇ ਲੱਗੇ ਨੇ ਗੁਰਦੁਆਰੇ ਤੋਂ 1 ਕਿਲੋਮੀਟਰ ਪਿੱਛੇ ਤੇ ਫਿਰ ਉਹਨਾਂ ਲਈ ਜੋ ਭੰਗੜਾ ਗਿੱੱਦਾ ਉਹ ਆਪਣੇ ਪੰਜਾਬ ਦਾ ਕਲਚਰ ਸੱਭਿਆਚਾਰ ਹੈ ਤੇ ਉਹ ਸੱਭਿਆਚਾਰ ਨੂੰ ਹੀ ਦਰਸਾਉਂਦਾ ਸੀਗਾ ਇਹ ਗਲਤ ਸੱਭਿਆਚਾਰ ਨੂੰ ਉਸ ਰੋਡ ਤੇ ਦਿਖਾਉਣਾ ਦੇਖੋ ਜਿਹੜਾ ਉਹ ਰਸਤਾ ਆ ਮੈਂ ਇਹ ਕਹਿ ਰਿਹਾ ਜੀ ਉਹ ਰਸਤਾ ਦਰਬਾਰ ਸਾਹਿਬ ਲਈ ਹੈ ਨਾ ਕਿ ਆਮ ਲੋਕਾਂ ਲਈ ਉੱਥੇ ਜਿੰਨੇ ਲੋਕ ਆਉਂਦੇ ਨੇ ਉੱਥੇ ਸਿਰਫ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਨੇ ਔਰ ਆਏ ਲੋਕਾਂ ਨੂੰ ਜਿਹੜਾ ਉੱਥੋਂ ਇਹ ਕੁਝ ਮਿਲਣਾ ਚਾਹੀਦਾ ਵੀ ਸਿੱਖਾਂ ਦਾ ਸੱਭਿਆਚਾਰ ਕੀ ਹੈ ਸਿੱਖਾਂ ਦਾ ਸਿਧਾਂਤ ਕੀ ਹੈ ਉੱਥੇ ਦੇਖੋ ਸਾਡਾ ਕਿਸੇ ਤਰ੍ਹਾਂ ਵੀ ਜਿਹੜਾ ਉਹ ਨਾਚ ਗਾਣ ਵਾਲਾ ਸਾਡਾ ਸੱਭਿਆਚਾਰ ਸਿੱਖਾਂ ਦਾ ਨਹੀਂ ਮੈਂ ਫਿਰ ਕਹਿਣਾ ਪਿਆ ਵੀ ਸਿੱਖਾਂ ਦਾ ਸੱਭਿਆਚਾਰ ਨੱਚਣਾ ਗਾਣਾ ਇਹ ਨਹੀਂ ਹੈਗਾ ਉਹਨਾਂ ਦੀ ਜਗ੍ਹਾ ਤੇ ਸਾਡੇ ਬੁੱਤ ਸਾਡੇ ਸ਼ਹੀਦਾਂ ਸਿੰਘਾਂ ਦੇ ਭਾਈ ਮਨੀ ਸਿੰਘ ਦਾ ਲਾਓ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਖੋਪੜ ਲੋਹਾਏ ਤਾਂ ਕਿ ਜਿਹੜੇ ਲੋਕ ਆਉਂਦੇ ਨੇ ਆਉਣ ਵਾਲੇ ਦਰਬਾਰ ਸਭ ਵਰਸ਼ਨ ਕਰਕੇ ਉਹ ਸਾਡੇ ਇਤਿਹਾਸ ਤੋਂ ਜਾਣੂ ਹੋ ਸਕਣ ਕਿ ਸਿੱਖਾਂ ਦਾ ਇਹੋ ਜਿਹਾ ਇਤਿਹਾਸ ਹੈ ਪਰ ਉਹ ਬੁੱਤਾਂ ਨੂੰ ਦੇਖ ਕੇ ਤੇ ਲੋਕ ਇਹ ਸਮਝਦੇ ਹੋਣਗੇ ਵੀ ਇਹ ਸਿੱਖਾਂ ਦੀ ਇੱਕ ਨੱਚਣ ਗਾਣ ਵਾਲੀ ਕੰਮ ਹੈ ਪਰ ਇਤਿਹਾਸ ਦੇ ਤੌਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਵੀ ਉੱਥੇ ਆਪਣਾ ਕੀ ਕਹਿੰਦੇ ਆ ਬੜਾ ਵਿਸ਼ਾਲ ਜਿਹੜਾ ਬੁੱਤ ਬਣਾਇਆ ਗਿਆ ਜਲਿਆਂ ਵਾਲੇ ਬਾਗ ਦੇ ਜਿਹੜੇ ਸ਼ਹੀਦ ਸੀਗੇ ਉਹਨਾਂ ਦੀ ਯਾਦ ਦੇ ਵਿੱਚ ਬੁੱਤ ਬਣਾਏ ਗਏ ਨੇ ਆਪਣੇ ਜਿਨ੍ਹਾਂ ਨੇ ਸਵਿਧਾਨ ਬਣਾਇਆ ਬੀ ਆਰ ਅੰਬੇਦਕਰ ਜੀ ਉਹਨਾਂ ਦਾ ਵੀ ਲੱਗਿਆ ਹੋਇਆ ਫਿਰ ਜਿੱਥੇ ਉਹ ਆਪਣਾ ਕੀ ਕਹਿੰਦੇ ਇਤਿਹਾਸ ਦਿਖਾ ਰਹੇ ਨੇ ਇੱਕ ਕਲਚਰ ਦਿਖਾਣਾ ਵੀ ਤਾਂ ਬੰਦਾ ਵੀ ਕਲਚਰ ਵੀ ਲੋਕਾਂ ਨੂੰ ਪਤਾ ਲੱਗੇ ਕਿ ਪੰਜਾਬ ਦਾ ਅਸਲ ਕਲਚਰ ਹੈ ਕੀ ਹੈ ਮੈਂ ਕਹਿੰਨਾ ਜੀ ਕਲਚਰ ਦਿਖਾਓ ਪਰ ਗੁਰਦੁਆਰੇ ਦੇ ਬਾਹਰ ਲਾ ਕੇ ਨਹੀਂ ਬੜੀਆਂ ਐਸੀਆਂ ਜਗ੍ਹਾ ਨੇ ਪਾਰਕਾਂ ਵਿੱਚ ਹੋਰ ਬੜੀਆਂ ਥਾਵਾਂ ਤੇ ਜਿਹੜੇ ਇਹੋ ਜਿਹਾ ਸਟੈਚੂ ਲੱਗੇ ਉਹਨੇ ਸਿੱਖਾਂ ਨੇ ਕਦੀ ਉਤਰਾਜ ਨਹੀਂ ਕੀਤਾ ਜਿਹੜਾ ਉੱਥੇ ਸਟੈਚੂ ਤੁਸੀਂ ਕਹਿ ਰਹੇ ਹੋ ਮਹਾਰਾਜਾ ਰਣਜੀਤ ਸਿੰਘ ਜੀ ਉਹ ਸਾਡੀ ਸਿੱਖ ਕੌਮ ਦੇ ਨਾਇਕ ਹੋਏ ਨੇ ਉਹਨਾਂ ਨੇ ਖਾਲਸਾ ਰਾਜ ਸਥਾਪਿਤ ਕੀਤਾ ਡਾਕਟਰ ਅਵੇਡਕਰ ਸਾਹਿਬ ਦਾ ਜਲੀਆਂ ਵਾਲੇ ਬਾਗ ਵਿੱਚ ਉਹ ਸ਼ਹੀਦਾਂ ਸਿੰਘਾਂ ਦੇ ਨੇ ਉਹ ਵੀ ਉੱਥੇ ਬਹੁਤ ਸਾਰੀ ਸਿੱਖ ਕੌਮ ਜਿਹੜੀ ਸ਼ਹੀਦ ਹੋਈ ਉਹ ਇੱਕ ਸਾਡਾ ਇਤਿਹਾਸਿਕ ਪੱਖ ਸੱਭਿਆਚਾਰ ਇੱਕ ਵੱਖਰੀ ਗੱਲ ਆ ਇੱਕ ਸ਼ਹਾਦਤ ਇੱਕ ਇਤਿਹਾਸਿਕ ਪੱਖ ਉਹ ਵੱਖਰੀ ਗੱਲ ਆ ਉਹ ਉਹ ਜੈ ਜੀ ਗੱਲ ਆ ਉੱਥੇ ਜੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਟੈਚੂ ਲੱਗਾ ਹੈ ਉਹ ਸਾਡੇ ਇਤਿਹਾਸ ਨਾਲ ਸੰਬੰਧਿਤ ਹੈ ਕਿ ਇੱਕ ਸਿੱਖ ਜਰਨੈਲ ਹੋਇਆ ਜਿਨੇ ਖਾਲਸਾ ਰਾਜ ਐਡਾ ਵੱਡਾ ਸਥਾਪਿਤ ਕੀਤਾ ਉਹਦਾ ਤੇ ਇਹਦਾ ਬੜਾ ਵੱਡਾ ਅੰਤਰ ਹੈ ਕਿ ਤੁਸੀਂ ਉੱਥੇ ਸਟੈਚੂ ਇਹ ਥੋੜੀ ਦੇਖਿਆ ਵੀ ਡਾਕਟਰ ਅੰਵੇਦਕਾਰ ਜੀ ਭੰਗੜਾ ਪਾ ਰਹੇ ਨੇ ਬੁੱਤ ਲੱਗਾ ਮਹਾਰਾਜਾ ਰਣਜੀਤ ਸਿੰਘ ਗਿੱਧਾ ਪਾਉਂਦੇ ਹੋਏ ਨੇ ਬੀਬੀਆਂ 'ਚ ਬਹਿ ਕੇ ਸਟੈਚੂ ਲੱਗਾ ਸੋ ਉਸ ਤੇ ਇਸ ਗੱਲ ਵਿੱਚ ਬੜਾ ਵੱਡਾ ਫਰਕ ਹੈ ਸਰ ਇੱਕ ਜਿਹਨੂੰ ਭੰਗੜਾ ਦਾ ਉੱਥੇ ਬੁੱਤ ਲਗਾਇਆ ਭੰਗੜੇ ਦਾ ਜਿਹੜੇ ਲੋਕ ਉੱਥੇ ਆਉਂਦੇ ਨੇ ਉਹ ਉਦਾਂ ਦੇ ਹੀ ਪੰਗੜੇ ਦੇ ਕਹਿ ਲਓ ਐਕਸ਼ਨ ਵਿੱਚ ਖੜ ਕੇ ਫੋਟੋ ਖਿਚਾਉਂਦੇ ਨੇ ਉੱਥੇ ਫਿਰ ਉਹ ਬੁੱਤ ਦੀ ਗਲਤੀ ਹੋਊਗੀ ਕਿ ਜਿਹੜੇ ਲੋਕ ਉੱਥੇ ਆ ਰਹੇ ਨੇ ਉਹ ਬੁੱਤਾਂ ਦੇ ਕੋਲ ਉਦਾਂ ਹੀ ਐਕਸ਼ਨ ਕਰਕੇ ਖੜ ਰਹੇ ਨੇ ਉਹਨਾਂ ਦੀ ਗਲਤੀ ਹੈ ਇਹ ਬਸ ਇਸੇ ਗੱਲ ਦਾ ਹੀ ਪ੍ਰਭਾਵ ਜਾ ਰਿਹਾ ਲੋਕਾਂ ਤੇ ਜੋ ਬਾਹਰ ਦੇਖ ਰਹੇ ਨੇ ਉਹ ਜਾ ਕੇ ਦਰਬਾਰ ਸਾਹਿਬ ਦੇ ਅੰਦਰ ਵੀ ਨੱਚ ਗਾ ਕੇ ਵੀਡੀਓ ਬਣਾਈ ਜਾਂਦੇ ਨੇ ਉਹਦਾ ਪ੍ਰਭਾਵ ਪੈ ਰਿਹਾ ਉਸ ਗੱਲ ਦਾ ਸਾਵੇਂ ਜਿਉ ਸਾਡਾ ਐਡਾ ਵੱਡਾ ਇਤਿਹਾਸ ਦੇਖਣ ਵੀ ਭਾਈ ਤਾਰੂ ਜੀ ਦੀ ਖੋਪੜੀ ਲਾਈ ਹੋਈ ਆ ਭਾਈ ਮਤੀ ਦਾਸ ਜੀ ਬੰਦ-ਬੰਦ ਘਟਿਆ ਜੇ ਸਾਰਾ ਕੁਝ ਬਾਹਰੋਂ ਦੇਖ ਕੇ ਲੋਕ ਜਾਣ ਤੇ ਸੁਭਾਵੀ ਕਿ ਕਿ ਲੋਕਾਂ ਦੇ ਮਨ ਵਿੱਚ ਵਿਰਾਗ ਹੋਵੇਗਾ ਕਿ ਕਿਸ ਤਰ੍ਹਾਂ ਸਿੱਖਾਂ ਨੂੰ ਜਿਹੜਾ ਤਸੀਹੇ ਦੇ ਕੇ ਸ਼ਹੀਦ ਕੀਤਾ ਦਿੱਤਾ ਕੀਤਾ ਗਿਆ ਸਿੱਖ ਕੌਮ ਦੀ ਦੇਣ ਕੀ ਹੈ ਫਿਰ ਲੋਕ ਨੱਚਨ ਗਾਣ ਵਾਲੇ ਪਾਸੇ ਨਹੀਂ ਜਾਣਗੇ ਬੜੀ ਸ਼ਰਧਾ ਨਾਲ ਦਰਬਾਰ ਸਾਹਿਬ ਜਾਣਗੇ ਤੇ ਉਸ ਗੱਲ ਦਾ ਪ੍ਰਭਾਵ ਮਨ ਤੇ ਜਾਏਗਾ ਤੁਸੀਂ ਆ ਵੀਡੀਓ ਦੀ ਜਿਹੜੀ ਗੱਲ ਕੀਤੀ ਐ ਆ ਜੋ ਤੁਹਾਨੂੰ ਵੀ ਪਤਾ ਐ ਸੋਸ਼ਲ ਮੀਡੀਆ ਤੇ ਜੋ ਲੜਕੀ ਨੇ ਇੱਕ ਉਹ ਵੀਡੀਓ ਬਣਾਈ ਸੀਗੀ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਉਸ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਦੇਖੋ ਗਲਤ ਐ ਔਰ ਮੈਂ ਇਹ ਕਹਾਂਗਾ ਵੀ ਉੱਥੇ ਐਸਜੀਪੀਸੀ ਦਾ ਪ੍ਰਬੰਧ ਆ ਉੱਥੇ ਸੇਵਾਦਾਰ ਖੜੇ ਨੇ ਬਿਲਕੁਲ ਬਹਿਨ ਕਰਨਾ ਚਾਹੀਦਾ ਦਰਬਾਰ ਸਾਹਿਬ ਦੇ ਅੰਦਰ ਕੋਈ ਵੀਡੀਓ ਨਾ ਬਣਾਏ ਕੋਈ ਕਿਸੇ ਤਰ੍ਹਾਂ ਦੀ ਇਹੋ ਜੀ ਫੋਟੋ ਨਾ ਸਾਡੇ ਸਿਧਾਂਤ ਦੀ ਉਲੰਘਣਾ ਹੋ ਰਹੀ ਸਾਡੀ ਕੌਮ ਦਾ ਕੀ ਦਵਾਲਾ ਨਿਕਲ ਰਿਹਾ ਔਰ ਮੈਂ ਤੇ ਉਚੇਚੇ ਤੌਰ ਤੇ ਤੁਹਾਡੇ ਮਾਧਿਮ ਰਾਹੀਂ ਕਹੂੰਗਾ ਕਿ ਜਥੇਦਾਰ ਜੀ ਤੁਸੀਂ ਦਰਬਾਰ ਸਾਹਿਬ ਹੀ ਬੈਠੇ ਹੋ ਤੇ ਦਰਬਾਰ ਸਾਹਿਬ ਦੇ ਬਾਹਰ ਹੀ ਇਹ ਵਾਕਿਆ ਹੋਇਆ ਤੁਹਾਡੀ ਸਪੀਚ ਹਨੈਸ ਟਾਈਮ ਬੜੀ ਹਿੱਟ ਹੋਈ ਤੁਸੀਂ ਸਪੀਚ ਦਿੱਤੀ ਵੀ ਜਥੇਦਾਰ ਬੜੇ ਵਧੀਆ ਨੇ ਤੁਸੀਂ ਆਪਣੇ ਕੌਮ ਦੇ ਨੌਜਵਾਨਾਂ ਨੂੰ ਸੰਭਾਲੋ ਜੋ ਕਿ ਉਹਨਾਂ ਨੇ ਗੁਰਮਤਿ ਸਿਧਾਂਤ ਅਨੁਸਾਰ ਤੁਸੀਂ ਪੜ੍ਹੇ ਲਿਖੇ ਤੁਹਾਨੂੰ ਪਤਾ ਹੈ ਇਸ ਗੱਲ ਦਾ ਕਿ ਉਹ ਬੁੱਤ ਲੱਗਣੇ ਗਲਤ ਆ ਔਰ ਉਹ ਸਿੱਖ ਨੌਜਵਾਨਾਂ ਨੂੰ ਜਾ ਕੇ ਰਿਹਾ ਕਰਾਓ ਔਰ ਤੁਰੰਤ ਤੁਸੀਂ ਆਪ ਵਿੱਚ ਹੱਥ ਪਾ ਕੇ ਆਪ ਨਾਲ ਹੋ ਕੇ ਉਹਨਾਂ ਸਟੈਚੂ ਨੂੰ ਉੱਥੋਂ ਹਟਾਓ ਤਾਂ ਕਿ ਸਿੱਖ ਪਰੰਪਰਾਵਾਂ ਨੂੰ ਜਿਹੜਾ ਬਰਕਰਾਰ ਰੱਖਿਆ ਜਾ ਸਕੇ ਸਰ ਚਾ ਕਰੀਬ 4 ਤੋਂ 5 ਸਾਲ ਪਹਿਲਾਂ ਅਕਾਲੀ ਸਰਕਾਰ ਵੇਲੇ ਇਹ ਜੋ ਹੈਰੀਟੇਜ ਸਟਰੀਟ ਬਣੀ ਹੈ ਜਿਹੜਾ ਉਹ ਸਾਰਾ ਨਵਾਂ ਰੂਪ ਜਿਹੜਾ ਦਿੱਤਾ ਗਿਆ ਦੁਕਾਨਾਂ ਚਾਹੇ ਵਧੀਆ ਇੱਕੋ ਰੰਗ ਦੀਆਂ ਇੱਕੋ ਫੇਸ ਵੱਲ ਕੀਤੀਆਂ ਨੇ ਲੱਖਾਂ ਕਰੋੜਾ ਰੁਪਈਆ ਅਕਾਲੀ ਸਰਕਾਰ ਨੇ ਖਰਚੇ ਤੇ ਫਿਰ ਉਸ ਵੇਲੇ ਬੁੱਤ ਤੇ ਕਿਉਂ ਨਹੀਂ ਕਿਸੇ ਨੇ ਇਨਨਾ ਇਤਰਾਜ਼ ਕੀਤਾ ਮੁੱਦਾ ਤਾਂ ਹੁਣ ਲੋਕਾਂ ਦੇ ਅੱਗੇ ਆ ਰਿਹਾ ਨਾ ਇਹ ਦੇਖੋ ਇਤਰਾਜ਼ ਉਦੋਂ ਵੀ ਕੀਤਾ ਸੀ ਪਰ ਉਸ ਟਾਈਮ ਫਰਕ ਇਹ ਸੀ ਵੀ ਐਸਜੀਪੀਸੀ ਨਹੀਂ ਬੋਲੀ ਅਕਾਲ ਤਖਤ ਦਾ ਜਥੇਦਾਰ ਨਹੀਂ ਬੋਲਿਆ ਉਹਦਾ ਕਾਰਨ ਸੀ ਕਿ ਆਕਾਲੀ ਸਰਕਾਰ ਸੀ ਤੇ ਆਕਾਲੀ ਦਲ ਬਦਲ ਹੁਣੇ ਉਹਨੂੰ ਸਾਰਾ ਕੁਝ ਲਵਾ ਰਹੇ ਸੀ ਹੁਣ ਇਹ ਲੋਕ ਕਿਵੇਂ ਬੋਲਣਗੇ ਐਸਜੀਪੀਸੀ ਦਾ ਜਥੇਦਾਰ ਹੈ ਤੇ ਆਕਾਲੀ ਦਲ ਦਾ ਪਿੱਠੂ ਹੈ ਪਰ ਹੁਣ ਤੱਕ ਕਾਂਗਰਸ ਦੀ ਸਰਕਾਰ ਹੈ ਨਾ ਹੁਣ ਜੇ ਇਤਰਾਜ਼ ਹੈਗਾ ਤਾਂ ਹੁਣ ਕਿਉਂ ਨਹੀਂ ਉਹ ਬੁੱਤ ਹਟ ਰਿਹਾ ਨਹੀਂ ਹੁਣ ਤਾਂ ਕਾਂਗਰਸ ਸਰਕਾਰ ਨੂੰ ਚਾਹੀਦਾ ਸੀ ਵੀ ਬਾਦਲ ਸਰਕਾਰ ਨੇ ਬਾਦਲ ਪਰਿਵਾਰ ਨੇ ਗਲਤੀ ਕੀਤੀ ਇਹੋ ਜਿਹਾ ਉੱਥੇ ਕੰਮ ਕਰਕੇ ਜਦੋਂ ਸਿੱਖ ਕੌਮ ਨੌਜਵਾਨ ਦੇਖੋ ਉਹਨਾਂ ਨੇ ਡੀਸੀ ਨੂੰ ਮੰਗ ਪੱਤਰ ਦਿੱਤਾ ਅਕਾਲ ਤਖਤ ਜਥੇਦਾਰ ਨੂੰ ਮੰਗ ਪੱਤਰ ਦਿੱਤਾ ਐਸਜੀਪੀਸੀ ਨੂੰ ਮੰਗ ਪੱਤਰ ਦਿੱਤਾ ਚਲੋ ਉਹਨਾਂ ਲੋਕਾਂ ਨੇ ਤੇ ਆਪਣੇ ਆਕਾ ਦਾ ਜਿਹੜਾ ਗੁੱਸਾ ਨਹੀਂ ਸੀ ਮੰਨ ਲੈਣਾ ਮੁੱਲ ਵੀ ਐਸਜੀਬੀਜ਼ੀ ਕਹਿੰਦੀ ਵੀ ਸਟੈਚੂਟ ਹਟਾ ਦਿਓ ਬਦਲ ਗੁੱਸੇ ਹੋ ਜਾਣਾ ਸੀ ਪਰ ਪੰਜਾਬ ਸਰਕਾਰ ਨੂੰ ਚਾਹੀਦਾ ਸੀ ਨਾਲੇ ਸਿੱਖ ਕੌਮ ਦੀ ਹਮਦਰਦੀ ਲੈਂਦੇ ਵੀ ਇਹਨਾਂ ਨੇ ਇੱਕ ਚੰਗਾ ਕੰਮ ਕੀਤਾ ਸਰਕਾਰ ਨੂੰ ਤੁਰੰਤ ਚਾਹੀਦਾ ਸੀ ਬੇਤਰਾਜ ਯੋਗ ਨੇ ਇਹਨੂੰ ਹਟਾ ਦਿੱਤਾ ਜਾਵੇ ਤੁਹਾਡੇ ਮੁਤਾਬਕ ਕਿਹੜੇ ਕਿਹੜੇ ਬੁੱਤ ਲੱਗਣੇ ਚਾਹੀਦੇ ਉਸ ਹੈਰੀਟੇਜ ਸਟਰੀਟ ਤੇ ਮੈਂ ਪਹਿਲਾਂ ਹੀ ਬੇਨਤੀ ਕਰਤੀ ਦੋ ਵਾਰੀ ਜੀ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਨੂੰ ਆੜੇ ਨਾਲ ਚੀਰੇ ਹੈਗਾ ਦੇਖੋ ਕਿੱਡਾ ਵੱਡਾ ਇਤਿਹਾਸ ਲੱਗਣਾ ਚਾਹੀਦਾ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਦਾ ਖੋਪੜ ਲਾਇਆ ਗਿਆ ਉਹ ਲੱਗਣਾ ਚਾਹੀਦਾ ਸਾਡਾ ਇਤਿਹਾਸ ਦੱਸੇ ਵੀ ਸਿੱਖ ਕੌਮ ਹੈ ਕੀ ਹੈ ਕਿੱਡੀਆਂ-ਕਿੱਡੀਆਂ ਕੁਰਬਾਨੀਆਂ ਨੇ ਕਿੱਡਾ-ਕਿੱਡਾ ਸਬਰ ਇਹੋ ਜੇ ਲੱਗਣਾ ਚਾਹੀਦੇ ਤੁਹਾਨੂੰ ਕੀ ਲੱਗਦਾ ਹੁਣ ਜੇ ਪੰਜਾਬ ਚ ਕਾਂਗਰਸ ਦੀ ਸਰਕਾਰ ਹੈ ਉਹ ਕਾਂਗਰਸ ਦੀ ਸਰਕਾਰ ਉਸ ਮੁੱਤਾਂ ਨੂੰ ਹਟਾਊਗੀ ਦੇਖੋ ਹਟਾਣਾ ਚਾਹੀਦਾ ਜੇ ਸਾਡੇ ਅਜ ਨੌਜਵਾਨਾਂ ਤੇ ਇਹ ਕਹਿ ਕੇ ਪਰਚਾ ਦਰਜ ਕਰ ਦਿੱਤਾ ਵੀ ਉਹ ਇੱਕ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਮੈਂ ਕਹਿੰਦਾ ਕੈਪਟਨ ਸਰਕਾਰਾ ਪਹਿਲਾਂ ਬਦਲ ਸਰਕਾਰ ਨੇ ਕਰਤੂਤ ਕੀਤੀ ਹੁਣ ਕੈਪਟਨ ਸਰਕਾਰ ਵੀ ਕਰ ਲੈ ਕੈਪਟਨ ਕੱਲ ਨੂੰ ਉੱਥੇ ਰੂਸਾ ਦਾ ਬੋਤਲ ਲਵਾ ਦੇਵੇ ਕਹੇਗਾ ਜੀ ਇਹ ਸਰਕਾਰੀ ਪ੍ਰਾਪਰਟੀ ਹੈ ਅਸੀਂ ਤਾਂ ਹੈਰੀਟੇਜ ਗਲੀ ਵਿੱਚ ਲਾਇਆ ਅਸੀਂ ਲੱਗਾ ਰਹਿਣ ਦੇਾਂਗੇ ਇਹ ਗਲਤ ਪਰੰਪਰਾ ਸਹੀ ਮੈਨੇ ਦੇਖੋ ਮੈਂ ਸਮਝਦਾ ਵੀ ਜਿਹੜੇ ਸਾਡੇ ਲੀਡਰ ਤੇ ਸਾਡੇ ਅਫੀਸਰ ਲੋਗ ਨੇ ਸਿਆਣੇ ਨਹੀਂ ਜੇ ਇਹਨਾਂ ਨੂੰ ਕੋ ਅਕਲ ਨਾ ਦੀ ਚੀਜ਼ ਆਉਂਦੀ ਜਿਹੜੀ ਚੀਜ਼ ਜਿੱਥੇ ਸੁੰਹਦੀ ਆ ਉਹਨੂੰ ਉੱਥੇ ਹੀ ਲਾਣਾ ਚਾਹੀਦਾ ਤੁਸੀਂ ਦਰਬਾਰ ਸਾਹਿਬ ਆ ਕਿ ਧਾਰਮਿਕ ਸਥਾਨ ਆ ਲੋਕ ਦਰਸ਼ਨ ਕਰਨਾ ਆਉਂਦੇ ਨੇ ਭਾਵਨਾ ਨਾਲ ਤੁਸੀਂ ਉੱਥੇ ਉਸ ਤਰ੍ਹਾਂ ਦੇ ਸਟੈਚੂ ਲਾਓ ਜਿੱਥੇ ਕੋ ਪਿਕਨਿਕ ਸਪੋਰਟ ਆ ਕਿੱਥੇ ਕੋ ਪਾਰਕ ਆ ਉਹ ਇੱਕ ਜਗ੍ਹਾ ਬਣਦੀ ਆ ਤੁਸੀਂ ਉੱਥੇ ਸੱਭਿਆਚਾਰ ਦਾ ਬੁੱਤ ਲਾ ਲਓ ਅੱਜ ਮੰਨ ਲਓ ਜੇ ਕਿਤੇ ਕੋਈ ਕੋਈ ਸ਼ਮਸ਼ਾਨ ਘਾਟ ਆਪਾਂ ਉਹਦੇ ਵਿੱਚ ਜਾ ਕੇ ਬੁੱਤ ਲਾ ਦੀਏ ਲੋਕ ਹੱਸ ਰਹੇ ਨੇ ਲੋਕ ਭੰਗੜਾ ਪਾ ਰਹੇ ਨੇ ਗੱਲ ਹੀ ਨਹੀਂ ਬਣਨੀ ਮੈਂਚ ਹੀ ਨਹੀਂ ਕਰਦਾ ਕਹਿਨ ਦਾ ਪਾਬਸਿਆਣ ਇਸ ਗੱਲ 'ਤੇ ਸੀ ਵੀ ਜਿੱਥੇ ਜਿਵੇਂ ਦੀ ਜਗ੍ਹਾ ਹੈ ਉਹਦੇ ਨਾਲ ਰਿਲੇਟਡ ਉਹੀ ਚੀਜ਼ ਉੱਥੇ ਹੋਣੀ ਚਾਹੀਦੀ ਨਾ ਕਿ ਗੁਰਦੁਆਰੇ ਦੇ ਬਾਹਰ ਤੁਸੀਂ ਨੱਚਣ ਗਾਣ ਵਾਲੇ ਖੜੇ ਕਰਦੇ। ਪਰ ਜਰਨਲ ਜੀ ਜਿਨ੍ਹਾਂ ਨੇ ਇਹ ਬੁੱਤ ਤੋੜੇ ਆ ਉਹ ਕੁਝ ਹੋਰ ਵੀ ਕਰ ਸਕਦੇ ਸੀ ਆਪਣਾ ਰੋਸ ਪ੍ਰਗਟ ਕਰਨ ਨੂੰ ਸਰਕਾਰ ਦੇ ਖਿਲਾਫ ਤਰਨਾਲ ਆ ਸਕਦੇ ਸੀਗੇ। ਉਹਨਾਂ ਨੇ ਸਿੱਧਾ ਬੁੱਤ ਨੂੰ ਕਿਉਂ ਤੋੜਿਆ? ਉਹ ਬੁੱਤ ਤੋੜਨਾ ਗਲਤ ਗੱਲ ਨਹੀਂ ਹੈਗੀ। ਨਹੀਂ ਦੇਖੋ ਜਦੋਂ ਗੁਰੂ ਸਾਹਿਬ ਨੇ ਕਿਹਾ ਵੀ ਅਪੀਲ ਦਲੀਲ ਸਭ ਕੁਝ ਖਤਮ ਹੋ ਜਾਵੇ ਤਾਂ ਫਿਰ ਉਹਦੇ ਬਾਅਦ ਸ਼ਸਤਰ ਕਿਉਂਕਿ ਪਹਿਲਾਂ ਸਰਕਾਰ ਨੂੰ ਮੰਗ ਪੱਤਰ ਵੀ ਤੇ ਧਾਰਮਿਕ ਅਦਾਰਿਆਂ ਨੂੰ ਵੀ ਉਹਨਾਂ ਨੇ ਦਿੱਤੇ ਨੇ ਬਹੁਤ ਸਾਰਿਆਂ ਹੋਰ ਜਥੇਬੰਦੀਆਂ ਨੇ ਪਰ ਕਿਸੇ ਕਿਥੇ ਸੁਣਵਾਈ ਨਹੀਂ ਹੋਈ ਐਂਡ ਤੇ ਹੁਣ ਉਹਦਾ ਹੱਲ ਇਹੀ ਸੀ ਕਿ ਮੈਂ ਤਾਂ ਕਹਿਣਾ ਉਹਨਾਂ ਨੇ ਐਵੇਂ ਮਾੜਾ ਮੋਟਾ ਚਾਹੀਦਾ ਸੀ ਇੰਨਾ ਨਹੀਂ ਸੀ ਚਾਹੀਦਾ ਜਿੰਨੇ ਬੁੱਤ ਨੇ ਇੰਨੇ ਹੀ ਸਿੰਘ ਜਾਂਦੇ ਇਕੱਠੇ ਹੋ ਕੇ ਜੇ ਕੰਮ ਕਰਨ ਲੱਗੇ ਸੀ ਤੇ ਇੱਕ ਇੱਕ ਬੁੱਤ ਨੂੰ 5 ਮਿੰਟਾਂ 'ਚ ਤੋੜ ਕੇ ਵਗਾ ਕੇ ਮਾਰ ਦੇ ਜਿਹੜਾ ਕੇਸ ਦਰਜ ਹੋਣਾ ਸੀ ਉੱਤੇ ਹੋ ਹੀ ਗਿਆ ਤੇ ਮੈਂ ਇਹਦੇ ਨਾਲ ਇੱਕ ਹੋਰ ਜਿਹੜਾ ਅੱਜ ਕੱਲ ਵਿਵਾਦ ਜਿਹੜਾ ਪੱਖਿਆ ਹੋਇਆ ਮੈਂ ਉਸ ਨੂੰ ਥੋੜਾ ਜਿਹਾ ਨਾਲ ਜੋੜੂੰਗਾ ਜੋ ਪੀਟੀਸੀ ਤੇ ਜਿਹੜਾ ਗੁਰਬਾਣੀ ਦਾ ਜਿਹੜਾ ਲਾਈਵ ਚੱਲਦਾ ਆਈ ਕੱਲ ਉਸ ਦਾ ਬੜਾ ਵਿਵਾਦ ਛੜਿਆ ਹੋਇਆ ਹੈ ਕਿ ਸ਼੍ਰੋਮਣੀ ਕਮੇਟੀ ਨੇ ਸਿਰਫ ਪੀਟੀਸੀ ਨੂੰ ਉਸ ਦਾ ਜਿਹੜਾ ਹੈਗਾ ਰਾਈਟ ਦਿੱਤੇ ਹੋਏ ਨੇ ਕਿ ਸਿਰਫ ਪੀਟੀਸੀ ਹੀ ਗੁਰਬਾਣੀ ਚਲਾ ਸਕਦਾ ਐਤੇ ਤੁਸੀਂ ਕੀ ਕੀ ਤੁਹਾਡਾ ਵਿਚਾਰ ਨੇ ਦੇਖੋ ਸਾਰਾ ਗਲਤ ਹੈ ਸ਼੍ਰੋਮਣੀ ਕਮੇਟੀ ਦੇ ਹਾਲਾਤ ਇਹੋ ਜੇ ਬਣ ਗਏ ਨੇ ਵੀ ਕਿਹੜੇ ਸ਼ਬਦ ਇਹਨਾਂ ਲਈ ਬੋਲੀਏ ਮੈਂ ਸੰਗ ਆਉਂਦੀ ਵੀ ਹੈ ਵੀ ਐਸਜੀਪੀਸੀ ਆਪਣੀ ਹੈ ਤੇ ਉਹਨੂੰ ਕਿਹੜਾ ਸ਼ਬਦ ਬੋਲੀਏ ਚਾਹੀਦਾ ਹੀ ਨਹੀਂ ਇਹਨਾਂ ਨੇ ਸਾਰੀ ਸਿੱਖ ਕੌਮ ਨੂੰ ਬਾਦਲ ਪਰਿਵਾਰ ਕੋਲ ਗਿਰਵੀ ਰੱਖ ਦਿੱਤਾ ਇਹ ਇਹਨਾਂ ਦਾ ਤੇ ਮੇਰੇ ਖਲ ਜੇ ਵਾਸ ਚੱਲੇ ਇਹਨਾਂ ਨੂੰ ਸੁਖਵੀਰ ਬਾਦਲ ਤੇ ਵੱਡਾ ਬਾਦਲ ਇਹ ਕਵੇ ਵੀ ਗੁਰੂ ਗ੍ਰੰਥ ਸਾਹਿਬ ਹੀ ਸਾਡੇ ਨਾਂ ਕਰਦੇ ਹੋ ਤੇ ਉਹ ਵੀ ਕਰਵਾ ਦੇਣਗੇ ਲੋਕ ਇਹ ਇਹਨਾਂ ਦਾ ਇਹੋ ਜਿਹਾ ਹਾਲਾਤ ਹੋ ਗਿਆ ਜਦਕਿ ਗੁਰਬਾਣੀ ਹੈ ਗੁਰੂ ਦੀ ਬਾਣੀ ਨੂੰ ਕੋਈ ਵੇਚ ਨਹੀਂ ਸਕਦਾ ਕੋਈ ਕੰਟੈਕਟ ਨਹੀਂ ਹੋ ਸਕਦਾ ਉਹ ਬਿਲਕੁਲ ਓਪਨ ਹੋਣਾ ਚਾਹੀਦਾ ਸੀ ਉਸ ਨੂੰ ਕਿਸੇ ਵੀ ਤਰ੍ਹਾਂ ਸਿਸਟਮ ਪਹਿਲੀ ਗੱਲ ਤਾਂ ਐਸਜੀਪੀਸੀ ਐਡਾ ਵੱਡਾ ਧਾਰਾ ਆਪਣਾ ਇੱਕ ਚੈਨਲ ਕਿਉਂ ਨਹੀਂ ਖੜਾ ਕਰ ਸਕੀ ਜਿੱਥੋਂ 24 ਘੰਟੇ ਜਿਹੜਾ ਉਹ ਕੀਰਤਨ ਚੱਲੇ ਉਹਨੂੰ ਅੱਗੇ ਕੋਈ ਵੀ ਚੈਨਲ ਜਿਹੜਾ ਡਿਸਪਲੇ ਕਰ ਸਕਦਾ ਔਰ ਬੜਾ ਸਾਰੀ ਸੰਗਤ ਸਾਰੀ ਦੁਨੀਆ ਦਾ ਆਨੰਦ ਮਾਣੇ ਪਰ ਇਹ ਗਲਤ ਆ ਜਿਹੜਾ ਇੱਕ ਚੈਨਲ ਕੋਲ ਮੈਂ ਤਾਂ ਕਹੂੰਗਾ ਕਿ ਦਰਬਾਰ ਸਾਹਿਬ ਦਾ ਜਿਹੜਾ ਲਾਈਵ ਕੀਰਤਨ ਉਹਨੂੰ ਗਿਰਵੀ ਰੱਖਿਆ ਹੋਇਆ ਹੈ ਨਾ ਬਹੁਤ ਬਹੁਤ ਧੰਨਵਾਦ ਜੀ ਤਾਂ ਇਹ ਸੰਸਾਡੇ ਨਾਲ ਯੂਨਾਈਟਿਡ ਸਿੱਖ ਪਾਰਟੀ ਤੋਂ ਜਰਨੈਲ ਸਿੰਘ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਉੱਥੇ ਬੁੱਤ ਜਿਹੜੀ ਜਿਹੜੇ ਨੌਜਵਾਨਾਂ ਵੱਲੋਂ ਤੋੜੇ ਗਏ ਨੇ ਉਹ ਬਿਲਕੁਲ ਸਹੀ ਤੋੜੇ ਗਏ ਨੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਸੀ ਸਰਕਾਰਾਂ ਨੂੰ ਵੀ ਚਾਹੀਦਾ ਸੀ ਕਿ ਉਹ ਬੁੱਤਾਂ ਨੂੰ ਕਿਸੇ ਅੰਮ੍ਰਿਤਸਰ ਦੇ ਕਿਸੇ ਪਿਕਨਿਕ ਸਪੌਟ ਤੇ ਜਾਂ ਕਿਸੇ ਹੋਰ ਜਗ੍ਹਾ ਲਗਾਉਂਦੇ ਕਿਉਂਕਿ ਉਹ ਦਰਬਾਰ ਸਾਹਿਬ ਜੋ ਹੈ ਉਸਦੇ ਨਾਲ ਸਿੱਖਾਂ ਦਾ ਜਿਹੜਾ ਜੋ ਸੱਭਿਆਚਾਰ ਰਿਹਾ ਜੋ ਇਤਿਹਾਸ ਰਿਹਾ ਉਸ ਦੇ ਨਾਲ ਮਿਲਦੇ ਬੋਤਲ ਜਿਹੜੇ ਲਗਾਣੇ ਚਾਹੀਦੇ ਸੀ ਤਾਂ ਉੱਥੇ ਨੱਚਣ ਗਾਣ ਵਾਲਿਆਂ ਦੇ ਜਿਹੜੇ ਬੁੱਤ ਨੇ ਉਹ ਬਿਲਕੁਲ ਨਹੀਂ ਹੋਣੇ ਚਾਹੀਦੇ ਸੀ ਤਾਂ ਅੱਜ ਦੀ ਖਾਸ ਪੇਸ਼ਕਸ਼ ਵਿੱਚ ਇੰਨਾ ਹੀ ਲੁਧਿਆਣਾ ਤੋਂ ਸਨਮਜੀਤ ਸਿੰਘ ਪਬਲਿਕ ਟਾਈਮਜ਼